ਕਰ ਬੰਦੇ ਤੂੰ ਬੰਦਗੀ ਜਿਚਰ ਕੱਟ ਮੈਂ ਸਾਹੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਮਾਰਗ ਪੈਰ ਤਰੀਜੇ ਲਾਈਫ ਮੋਡਿਊਲ 11 ਜੋ ਕਿ ਅਸੀਂ ਸ਼ੁਰੂ ਕੀਤਾ ਸੀ, ਅਸੀਂ ਉਹਦੇ ਹੁਣ ਅਗਲੇ ਪਾਰਟ ਵਿੱਚ ਕੁਝ ਹੋਰ ਟੌਪਿਕ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅੱਗੇ ਚੱਲਦੇ ਹਾਂ। ਅਤੇ ਗੁਰੂ ਸਾਹਿਬ ਸਾਨੂੰ ਉਹਦੇ ਲਈ ਇੱਕ ਮਾਰਗ ਦੇ ਕੇ ਜਾ ਰਹੇ ਹਨ ਜਿਹਨੂੰ ਅਸੀਂ ਸੱਚਾਰ ਦਾ ਮਾਰਗ ਕਿਹਾ ਜਾਂ ਟਰੁੱਥਫੁੱਲ ਲਿਵਿੰਗ ਕਿਹਾ ਹੈ। ਔਰ ਉਸ ਮਾਰਗ 'ਤੇ ਚੱਲਣ ਲਈ ਜੋ ਗੁਰੂ ਸਾਹਿਬ ਸਾਨੂੰ ਕਹਿ ਰਹੇ ਹਨ ਅਸੀਂ ਉਹਨੂੰ ਵੀ ਸ਼ਬਦ ਕਹਿੰਦੇ ਹਾਂ, ਜਿਵੇਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ 'ਚ ਕਿਹਾ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਦ ਗੁਰੂਸ ਵਰਡ, ਦ ਬਾਣੀ ਇਜ਼ ਗੁਰੂ ਐਂਡ ਗੁਰੂ ਇਜ਼ ਬਾਣੀ, ਵਿਦ ਇਨ ਦ ਬਾਣੀ ਦ ਐਮਬ੍ਰੋਇਸਲ ਨੈਕਟਰ ਇਜ਼ ਕੰਟੇਨਡ, ਇਫ ਇਜ਼ ਹੰਬਲ ਸਰਵੈਂਟ ਬਿਲੀਵਸ ਐਂਡ ਐਕਟਸ ਅਕੋਰਡਿੰਗ ਟੂ ਦ ਵਰਡਸ ਆਫ ਗੁਰੂਜ਼ ਬਾਣੀ, ਦੈਨ ਦ ਗੁਰੂ ਇਨ ਪਰਸਨ ਇਮੈਂਸੀਪੇਟਸ ਹਿਮ। ਅਤੇ ਬਾਣੀ ਦੇ ਮਾਰਗ 'ਤੇ ਚੱਲਦੇ ਹੋਏ ਸਾਨੂੰ ਉਸ ਸ਼ਬਦ ਗੁਰੂ ਤੱਕ ਵੀ ਪਹੁੰਚਣਾ ਹੈ ਜਿਸ ਦੀ ਗੱਲ ਗੁਰੂ ਸਾਹਿਬਾਨ ਕਰ ਰਹੇ ਹਨ, ਜਿੱਥੇ ਉਹ ਸ਼ਬਦ ਸੁਰਤ ਦੇ ਮੇਲ ਦੀ ਗੱਲ ਸਾਨੂੰ ਸਮਝਾ ਰਹੇ ਹਨ। ਅਤੇ ਹੁਣ ਅਸੀਂ ਅਗਰ ਇਹ ਦੇਖੀਏ, ਸਾਡੇ ਕੋਲ ਇਹ ਸ਼ਬਦ ਦੋ ਜਗ੍ਹਾ ਇਸਤੇਮਾਲ ਹੋ ਰਿਹਾ ਹੈ, ਇੱਕ ਤਾਂ ਬਾਣੀ ਲਈ ਹੋ ਰਿਹਾ ਹੈ ਔਰ ਇੱਕ ਸ਼ਬਦ ਉਹ ਸ਼ਬਦ ਹੈ ਜਿਹਦਾ ਸ਼ਬਦ ਸੁਰਤ ਦੇ ਮੇਲ ਦੀ ਗੱਲ ਕਰ ਰਹੇ ਹਨ। ਅਤੇ ਇਹਦਾ ਮਤਲਬ ਹੈ ਕਿ ਸਾਨੂੰ ਇਸ ਮਾਰਗ 'ਤੇ ਚੱਲਦੇ ਚੱਲਦੇ ਹੀ ਸ਼ਬਦ ਗੁਰੂ ਤੋਂ ਚੱਲਦੇ ਚੱਲਦੇ ਸਾਨੂੰ ਉਸ ਸ਼ਬਦ ਤੱਕ ਪਹੁੰਚਣਾ ਹੈ ਜੋ ਕਿ ਫਾਈਨਲੀ ਸਾਡਾ ਇੱਕ ਏਮ ਹੈ ਔਰ ਜਿਹਨੂੰ ਕਿ ਅਸੀਂ ਪਰਮਾਤਮਾ ਵੀ ਕਿਹਾ ਹੈ। ਅਤੇ ਹੁਣ ਅਸੀਂ ਦੇਖੀਏ, ਅਸੀਂ ਪਹਿਲੇ ਜਿਵੇਂ ਜ਼ਿਕਰ ਕੀਤਾ ਸੀ ਕਿ ਜੋ ਟਰੁੱਥਫੁੱਲ ਲਿਵਿੰਗ ਦਾ ਮਾਰਗ ਹੈ ਉਹ ਹੈ ਸਾਡਾ ਮੋਨੋਥੀਸਟ ਟੂ ਪੈਨਥੀਸਟ ਦੀ ਡਾਇਰੈਕਸ਼ਨ ਵਿੱਚ ਜਾਣਾ, ਯਾਨੀ ਕਿ ਏਕਲਵਾਦ ਤੋਂ ਸ਼ੁਰੂ ਹੋ ਕੇ ਅਸੀਂ ਅਦਵੈਤਵਾਦ ਦੀ ਤਰਫ ਚੱਲਦੇ ਹਾਂ। ਅਸੀਂ ਉਸੀ ਨੂੰ ਅਗਰ ਦੂਸਰੀ ਤਰ੍ਹਾਂ ਨਾਲ ਕਹਿਣਾ ਹੋਏ ਤਾਂ ਕਹਿ ਸਕਦੇ ਹਾਂ ਕਿ ਅਸੀਂ ਬਾਣੀ ਦਾ ਜੋ ਸ਼ਬਦ ਹੈ, ਸ਼ਬਦ ਗੁਰੂ ਹੈ, ਉਸ ਤੋਂ ਚੱਲਦੇ ਹਾਂ ਅਤੇ ਚੱਲਦੇ ਚੱਲਦੇ ਸਾਨੂੰ ਅਨਹਤ ਨਾਦ ਤੱਕ ਪਹੁੰਚਣਾ ਹੈ। ਉਹ ਅਨਹਤ ਨਾਦ ਜੋ ਕਿ ਬੇਸ ਹੈ ਸਾਰੀ ਕ੍ਰੀਏਸ਼ਨ ਦਾ, ਸਾਰੀ ਡਿਸਟਰਕਸ਼ਨ ਦਾ, ਔਰ ਜੋ ਕਿ ਆਦਿ ਗੁਰੂ ਵੀ ਹੈ, ਜੋ ਕਿ ਖੁਦ ਪਰਮਾਤਮਾ ਵੀ ਹੈ। ਅਤੇ ਇੱਕ ਤਰ੍ਹਾਂ ਦੀ ਜਰਨੀ ਹੈ ਜੋ ਸ਼ੁਰੂ ਹੁੰਦੀ ਹੈ ਸ਼ਬਦ ਗੁਰੂ ਤੋਂ ਔਰ ਅਨਹਦ ਨਾਦ ਤੱਕ ਚੱਲਦੀ ਹੈ। ਅਤੇ ਅਸੀਂ ਆਓ ਹੁਣ ਦੇਖਦੇ ਹਾਂ ਗੁਰੂ ਦੀ ਸਾਡੇ ਜੀਵਨ ਵਿੱਚ ਕੀ ਭੂਮਿਕਾ ਹੈ, ਵਟ ਇਜ਼ ਦ ਰੋਲ ਆਫ ਗੁਰੂ ਇਨ ਅਵਰ ਲਾਈਫ। ਜਿਵੇਂ ਕਿ ਅਸੀਂ ਲਾਈਫ ਮੋਡਿਊਲ 3 ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜੋ ਜੀਵਨ ਦਾ ਇੱਕ ਉਦੇਸ਼ ਹੈ ਉਹ ਹੈ ਸੈਲਫ ਰਿਅਲਾਈਜੇਸ਼ਨ, ਔਰ ਇੱਕ ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਵੱਡਾ ਮਕਸਦ ਦਿੱਤਾ ਕਿ ਕਿਵ ਸਚਿਆਰਾ ਹੋਈਏ, ਮੈਂ ਪਰਮਾਤਮਾ ਕਿਵੇਂ ਹੋ ਜਾਵਾਂ, ਇਹ ਉਹਨਾਂ ਨੇ ਸਾਡੇ ਜੀਵਨ ਦਾ ਇੱਕ ਮਕਸਦ ਸਾਡੇ ਸਾਹਮਣੇ ਰੱਖਿਆ। ਅਤੇ ਇਸ ਮਕਸਦ ਤੱਕ ਪਹੁੰਚਣ ਲਈ ਜਾਂ ਇਸ ਮਕਸਦ ਦੀ ਡਾਇਰੈਕਸ਼ਨ ਦੇ ਵਿੱਚ ਜਾਣ ਲਈ ਜੋ ਗੁਰੂ ਦੀ ਭੂਮਿਕਾ ਉਹ ਸਾਨੂੰ ਸਮਝਣੀ ਪਏਗੀ, ਔਰ ਉਹ ਭੂਮਿਕਾ ਵਿੱਚ ਜੋ ਸਭ ਨਾਲੋਂ ਪਹਿਲੀ ਚੀਜ਼ ਹੈ, ਗੁਰੂ ਆਪਣੇ ਆਪ ਵਿੱਚ ਇੱਕ ਮਾਰਗ ਹੈ, ਗੁਰੂ ਕਨੈਕਟ ਹੈ ਬਿਟਵੀਨ ਅਸ ਐਂਡ ਦ ਮਿਸ਼ਨ। ਜੋ ਦੂਸਰਾ ਗੁਰੂ ਦਾ ਰੋਲ ਹੈ ਉਹ ਇਸ ਮਾਰਗ ਦੇ ਉੱਤੇ ਇੱਕ ਰੌਸ਼ਨੀ ਹੈ, ਤਾਂ ਕਿ ਸਾਡੇ ਲਈ ਇਸੀ ਅੰਧਕਾਰ 'ਚ ਨਾ ਭਟਕੀਏ ਔਰ ਅਸੀਂ ਇਸ ਮਾਰਗ 'ਤੇ ਬਿਨਾਂ ਕਿਸੇ ਪ੍ਰੋਬਲਮ ਦੇ, ਬਿਨਾਂ ਕਿਸੇ ਹਿਚਕਚਾਹਟ ਦੇ ਅਸੀਂ ਮਿਸ਼ਨ ਦੀ ਡਾਇਰੈਕਸ਼ਨ 'ਚ ਜਾ ਸਕੀਏ। ਇਸ ਮਾਰਗ 'ਤੇ ਚੱਲਦੇ ਚੱਲਦੇ ਗੁਰੂ ਉਹ ਸਭ ਡਿਮੋਨਸਟ੍ਰੇਟ ਵੀ ਕਰਦੇ ਹਨ ਜੋ ਸਾਨੂੰ ਕਰਨ ਲਈ ਕਹਿ ਰਹੇ ਹਨ। ਦੈਟ ਮੀਨਸ ਗੁਰੂ ਫਸਟ ਪ੍ਰੈਕਟਿਸਿਸ ਦੈਨ ਪ੍ਰੀਚਿਸ। ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ, ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਮੀਲ ਦਾ ਰਸਤਾ ਤੈਅ ਕੀਤਾ ਉਸ ਸੱਚ ਦੀ ਰੋਸ਼ਨੀ ਨੂੰ ਜਗ੍ਹਾ ਜਗ੍ਹਾ 'ਤੇ ਪਹੁੰਚਾਉਣ ਲਈ, ਔਰ ਉੱਥੇ ਪਹੁੰਚਣ ਲਈ ਇਹ ਕੋਈ ਆਸਾਨ ਕੰਮ ਨਹੀਂ ਸੀ। ਇਸ ਰਸਤੇ ਦੇ ਵਿਚਕਾਰ ਬੀਆਬਾਨ ਜੰਗਲ ਸਨ, ਬਹੁਤ ਬਹੁਤ ਲੰਬੇ ਰੇਤ ਦੇ ਰਸਤੇ ਸਨ ਜਿੱਥੇ ਕਈ ਕਈ ਦਿਨਾਂ ਤੱਕ ਖਾਣ ਲਈ ਕੁਛ ਨਹੀਂ ਸੀ। ਉਹ ਸਭ ਕਠਿਨਾਈਆਂ ਸਨ ਜੋ ਕਿ ਇੱਕ ਆਮ ਆਦਮੀ ਸੋਚ ਕੇ ਵੀ ਰੁਕ ਜਾਏਗਾ, ਔਰ ਉਹਨਾਂ ਦਿਨਾਂ 'ਚ ਕੋਈ ਐਸਾ ਨਹੀਂ ਹੈ ਕੋਈ ਇੰਟਰਨੈਟ ਹੈ ਜਾਂ ਕੋਈ ਹੋਟਲ ਬੁਕਿੰਗ ਹੈ ਜਾਂ ਕਿਸ ਜਗ੍ਹਾ ਪਹੁੰਚ ਰਹੇ ਹੋ ਅੱਗੇ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ, ਪਰ ਨਹੀਂ, ਗੁਰੂ ਨਾਨਕ ਸਾਹਿਬ ਰੁਕੇ ਨਹੀਂ। ਉਹ ਇਹ ਸੰਦੇਸ਼ ਲੈ ਕੇ ਕਿੱਥੇ ਮੱਕਾ ਮਦੀਨਾ ਉੱਥੋਂ ਦੀ ਬੰਗਲਾਦੇਸ਼ ਤੱਕ, ਔਰ ਕਿੱਥੇ ਕਸ਼ਮੀਰ, ਉਸ ਤੋਂ ਉੱਪਰ ਤਿੱਬਤ, ਚਾਈਨਾ ਤੋਂ ਲੈ ਕੇ ਔਰ ਸ਼੍ਰੀਲੰਕਾ ਤੱਕ ਆਪਣਾ ਮੈਸੇਜ ਪਹੁੰਚਾਉਣ ਲਈ ਆਪ ਚੱਲ ਕੇ ਪਹੁੰਚੇ ਹਨ।
ਔਰ ਉਹਨਾਂ ਨੇ ਕਰਕੇ ਦਿਖਾਇਆ ਕਿ ਜਿੱਥੇ ਵੀ ਲੋੜ ਹੋਏ, ਜਿਹਨੂੰ ਵੀ ਲੋੜ ਹੋਏ ਰੱਬ ਨਾਲ ਜੋੜਨ ਦੀ, ਅਸੀਂ ਰੱਬ ਨਾਲ ਜੋੜਨਾ ਹੈ। ਅਸੀਂ ਅੱਗੇ ਚੱਲ ਕੇ ਦੇਖੀਏ ਤਾਂ ਗੁਰੂ ਅਰਜਨ ਪਾਤਸ਼ਾਹ ਉਹ ਸਾਨੂੰ ਕਿਵੇਂ ਹੁਕਮ ਦੀ ਰਜ਼ਾ ਵਿੱਚ ਆਉਣਾ ਸਿਖਾ ਰਹੇ ਹਨ। ਉਹ ਤੱਤੀ ਤਵੀ ਉੱਤੇ ਬੈਠਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਤੇਰਾ ਭਾਣਾ ਮਿੱਠਾ ਲਾਗੇ। ਇਹ ਕਹਿ ਦੇਣਾ ਬਹੁਤ ਆਸਾਨ ਹੈ, ਪਰ ਇਸਨੂੰ ਰਿਅਲਾਈਜ਼ ਕਰਨਾ ਉਸ ਤੱਤੀ ਤਵੀ ਦੇ ਉੱਤੇ ਬੈਠ ਕੇ, ਜਿਹਦੇ 'ਤੇ ਅਸੀਂ ਸ਼ਾਇਦ ਅੱਧਾ ਸੈਕਿੰਡ ਵੀ ਨਹੀਂ ਬੈਠ ਸਕਦੇ, ਔਰ ਬੜੀ ਸ਼ਾਂਤ ਭਾਵ ਨਾਲ ਬੈਠ ਕੇ ਰੱਬ ਦੇ ਭਾਣੇ ਨੂੰ ਮੰਨ ਰਹੇ ਹਨ। ਅਸੀਂ ਹੋਰ ਅੱਗੇ ਚੱਲੀਏ ਤਾਂ ਦੇਖਦੇ ਹਾਂ ਗੁਰੂ ਹਰਕਿਸ਼ਨ ਪਾਤਸ਼ਾਹ ਅਜੇ ਕੀ ਉਮਰ ਹੈ, 8 ਸਾਲ ਦੀ ਉਮਰ ਵਿੱਚ ਉਹ ਮਰੀਜ਼ਾਂ ਵਿੱਚ ਜਿੱਥੇ ਕਿ ਮਹਾਂਮਾਰੀ ਫੈਲੀ ਹੋਈ ਹੈ ਉਹ ਪਹੁੰਚ ਕੇ ਸੇਵਾ ਵਿੱਚ ਲੱਗ ਜਾਂਦੇ ਹਨ। ਉਹਨਾਂ ਨੂੰ ਇਹ ਫਿਕਰ ਨਹੀਂ ਕਿ ਮੇਰੀ ਵੀ ਜਾਨ ਜਾ ਸਕਦੀ ਹੈ, ਪਰ ਉਹਨਾਂ ਨੇ ਉਹ ਕਰਕੇ ਦਿਖਾਇਆ ਜਿੱਥੇ ਸੇਵਾ ਦੀ ਲੋੜ ਹੈ। ਅਤੇ ਜੋ ਸੇਵਾ ਦਾ ਭਾਅ ਦੇ ਕੇ ਜਾ ਰਹੇ ਹਨ ਇਤਨੀ ਛੋਟੀ ਉਮਰ ਵਿੱਚ, ਇਟ ਇਜ਼ ਅਨਪ੍ਰੈਜ਼ੀਡੈਂਟਿਡ। ਅਤੇ ਹੋਰ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੋ ਕਿ ਮਜ਼ਲੂਮਾਂ ਦੀ ਰਕਸ਼ਾ ਲਈ, ਉਹਨਾਂ ਦੇ ਧਰਮ ਦੀ ਰਕਸ਼ਾ ਲਈ ਆਪ ਚੱਲ ਕੇ ਜਾਂਦੇ ਹਨ ਅਤੇ ਸ਼ਹੀਦੀ ਦਿੰਦੇ ਹਨ। ਅਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਹਿਣਾ ਪਿਆ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਾਰੀ, ਔਰ ਇਹ ਉਸ ਮਾਰਗ 'ਤੇ ਚੱਲ ਕੇ ਦਿਖਾ ਰਹੇ ਹਨ ਜੋ ਕਿ ਅਸੀਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ। ਔਰ ਗੁਰੂ ਨਾਨਕ ਸਾਹਿਬ ਨੇ ਵੀ ਸਾਨੂੰ ਕਿਹਾ ਸੀ ਇਹ ਮਾਰਗ ਪੈਰ ਤਰੀ ਜੇ ਸਿਰ ਦੀ ਜੇ ਕਾਣ ਨਾ ਕੀਜੇ, ਅਤੇ ਉਹ ਪੂਰੀ ਤਰ੍ਹਾਂ ਨਾਲ ਡਿਮੋਨਸਟ੍ਰੇਟ ਕਰਕੇ ਦਿਖਾ ਰਹੇ ਹਨ। ਔਰ ਫਾਈਨਲੀ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿ ਪ੍ਰੋਟੈਕਸ਼ਨ ਆਫ ਰਾਈਟਸ ਦੇ ਲਈ ਆਪਣਾ ਪੂਰਾ ਦਾ ਪੂਰਾ ਸਰਬੰਸ ਹੀ ਵਾਰ ਦਿੱਤਾ, ਔਰ ਜੋ ਇੱਕ ਆਸ਼ਾ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਪੂਰਨ ਕਰਕੇ ਦਿਖਾਇਆ। ਔਰ ਇਹ ਸਾਰਾ ਕੁਛ ਅਗਰ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਸਾਨੂੰ ਬਿਲਕੁਲ ਕਲੀਅਰ ਹੋ ਜਾਂਦਾ ਕਿ ਜੋ ਕੁਛ ਵੀ ਪ੍ਰੀਚ ਕੀਤਾ ਗਿਆ, ਜੋ ਕਿ ਵੀ ਕਿਹਾ ਗਿਆ ਹੋਰਾਂ ਨੂੰ ਕਰਨ ਲਈ ਜੀਵਨ ਦੇ ਵਿਚਕਾਰ ਜੀਵਨ ਦੇ ਮਾਰਗ 'ਤੇ ਚੱਲਦੇ ਹੋਏ, ਉਹਨੂੰ ਗੁਰੂ ਸਾਹਿਬਾਨ ਨੇ ਪਹਿਲੇ ਆਪ ਪ੍ਰੈਕਟਿਸ ਕਰਕੇ ਦਿਖਾਇਆ ਹੈ। ਇਹ ਹੁੰਦਾ ਹੈ ਗੁਰੂ ਦਾ ਰੋਲ ਕਿ ਉਹ ਡਿਮੋਨਸਟ੍ਰੇਟ ਕਰੇ ਜੋ ਉਹ ਦੂਸਰਿਆਂ ਨੂੰ ਕਰਨ ਨੂੰ ਕਹਿ ਰਿਹਾ ਹੈ। ਔਰ ਇਸੀ ਭੂਮਿਕਾ ਵਿੱਚ ਗੁਰੂ ਦਾ ਜੋ ਫਾਈਨਲ ਰੋਲ ਹੈ ਕਿ ਗੁਰੂ ਸਾਡੇ ਲਈ ਉਹ ਦੁਆਰ ਖੋਲ੍ਹਦੇ ਹਨ ਜਿਹਦੇ ਨਾਲ ਕਿ ਅਸੀਂ ਪਰਮਾਤਮਾ ਨਾਲ ਮਿਲ ਸਕੀਏ, ਅਤੇ ਇੰਨੀ ਵੱਡੀ ਜ਼ਿੰਮੇਵਾਰੀ ਗੁਰੂ ਨੇ ਆਪਣੇ 'ਤੇ ਲਈ ਹੈ ਸਾਨੂੰ ਇਸ ਜੀਵਨ ਨੂੰ ਸਫਲ ਬਣਾਉਣ ਲਈ। ਪਹਿਲੇ ਸਟੈਪ ਤੋਂ ਲੈ ਕੇ ਆਖਰੀ ਸਟੈਪ ਤੱਕ ਗੁਰੂ ਸਾਹਿਬਾਨ ਸਾਡੇ ਨਾਲ ਹਨ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਥਰ ਤਲੀ ਗਲੀ ਮੇਰੀ ਆ